ਪਹਾੜਾਂ ਦੇ ਵਿੱਚ ਲਗਾਤਾਰ ਬਰਸਾਤਾਂ ਹੋ ਰਹੀਆਂ ਨੇ ਤੇ ਜਿਹਦੇ ਨਾਲ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਮੌਜੂਦਾ ਵਿਧਾਇਕ ਇਸ ਵਕਤ ਖਨੋਰੀ ਵੀ ਅਕਿ ਕੱਗਰ ਦਰਿਆ ਦਾ ਜਿਹੜਾ ਹੈਗਾ ਜਾਇਜਾ ਲੈਣ ਆਏ ਨੇ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਈਏ ਕਿ ਜਿਹੜਾ ਕੱਗਰ ਦਰਿਆ ਹੈਗਾ ਉਹਦੇ ਵਿੱਚ ਪਾਣੀ ਦਾ ਉਫਾਨ ਜਿਹੜਾ ਹੈਗਾ ਕਾਫੀ ਜ਼ਿਆਦਾ ਵੱਧ ਚੁੱਕਿਆ ਲਗਾਤਾਰ ਅਗਰ ਆਪਾਂ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ ਪਿਛਲੇ 24 ਘੰਟੇ ਦੇ ਵਿੱਚ 12-13 ਫੁੱਟ ਜਿਹੜਾ ਹੈਗਾ ਘੱਗਰ ਦੇ ਵਿੱਚ ਪਾਣੀ ਦਾ ਜਿਹੜਾ ਹੈਗਾ ਪੱਧਰ ਵੱਧ ਚੁੱਕਿਆ ਸਵੇਰ ਤੋਂ ਲੈ ਕੇ ਹੁਣ ਤੱਕ 1 ਫੁੱਟ ਦੇ ਲਗਭਗ ਜਿਹੜਾ ਹੈਗਾ ਪਾਣੀ ਦਾ ਪੱਧਰ ਵੱਧ ਚੁੱਕਿਆ ਤੇ 744 ਫੁੱਟ ਦੇ ਉੱਪਰ ਹੁਣ ਜਿਹੜਾ ਹੈਗਾ ਪਾਣੀ ਦਾ ਪੱਧਰ ਹੈਗਾ ਜਦਕਿ 747 ਫੁੱਟ ਖਤਰੇ ਦਾ ਜਿਹੜਾ ਹੈਗਾ ਉਹ ਪੱਧਰ ਦੱਸਿਆ ਜਾ ਰਿਹਾ ਤੇ ਡਿਪਟੀ ਕਮਿਸ਼ਨਰ ਸਾਹਿਬ ਤੇ ਮੌਜੂਦਾ ਵਿਧਾਇਕ ਇਸ ਵਕਤ ਮੌਕੇ ਦੇ ਉੱਪਰ ਮੌਜੂਦ ਨੇ ਜਾਇਦਾ ਵੀ ਜਿਹੜਾ ਲੈ ਰਹੇ ਨੇ ਤਾਂ ਇਹ ਇੱਕ ਮਿੰਟ ਗੱਲ ਵੀ ਕਰਾਂਗੇ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਮੌਕੇ ਦੇ ਉੱਪਰ ਆਏ ਹਾਂ ਤੇ ਹੁਣ ਕਿਦਾਂ ਦੇ ਹਾਲਾਤ ਲੱਗ ਰਹੇ ਨੇ ਕਗਰ ਦੇ ਜੀ ਮੈਂ ਤੇ ਐਮ ਐਲ ਏ ਸਾਹਿਬ ਐਸ ਡੀ ਐਮ ਸਾਹਿਬ ਐਸ ਸੀ ਸਾਹਿਬ ਇਰੀਗੇਸ਼ਨ ਡਿਪਾਰਟਮੈਂਟ ਦੇ ਡਰੇਨਜ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਸਮੂਹ ਸਮੁੱਚਾ ਪ੍ਰਸ਼ਾਸਨ ਡੀ ਐਸ ਪੀ ਸਾਹਿਬ ਤੇ ਜਿਹੜੇ ਆਪਣੇ ਪਿੰਡ ਦੇ ਮੋਤਬਰ ਬੰਦੇ ਸਾਰੇ ਅਸੀਂ ਅੱਜ ਮੌਕਾ ਦੇਖਣ ਆਏ ਪਿਛਲੇ ਜਿਹੜੇ 48 ਘੰਟੇ ਜੇ ਆਪਾਂ ਗੱਲ ਕਰੀ ਤਾਂ ਲਗਭਗ 18 ਫੀਟ ਦੀ ਆਪਾਂ ਜਿਹੜੀ ਹੈਗੀ ਦੇਖਿਆ ਸੀਗਾ ਪਾਣੀ ਵਧਿਆ ਹੈ ਸਾਡੇ ਜਿਹੜੇ ਪ੍ਰਸ਼ਾਸਨ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹੜੇ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਲੋਕਾਂ ਨੂੰ ਜਿਹੜਾ ਕੰਮ ਪੁੱਛਿਆ ਗਿਆ ਸੀਗਾ ਉਹ ਸਾਰੇ ਕੰਮ ਅਸੀਂ ਕਰਾਏ ਹੈਗੇ ਤੇ ਅੱਜ ਅਸੀਂ ਉਹੀ ਜਾਇਜ਼ਾ ਲੈਣ ਆਏ ਆ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਮੈਂ ਸਾਰਿਆਂ ਨੂੰ ਇਹ ਆਸ਼ਵਾਸਨ ਦੇਣਾ ਚਾਹੁੰਦਾ ਕਿ ਜਿਹੜੇ ਵੀ ਜਿੰਨੇ ਵੀ ਕੰਮ ਹੋਏ ਆ ਸਾਰੇ ਬਿਲਕੁਲ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਔਰ ਪੂਰੀ ਟਰਾਂਸਪੇਰੈਂਸੀ ਦੇ ਨਾਲ ਹੋਏ ਆ ਤੇ ਅੱਛੀ ਕੁਆਲਿਟੀ ਦੇ ਕੰਮ ਹੋਏ ਆ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਹਜੇ ਗੱਗਰ ਜਿਹੜਾ ਹੈਗਾ ਡੇਂਜਰ ਮਾਰਕ ਤੋਂ 4 ਫੀਟ ਥੱਲੇ ਵੀ ਹੈ ਤੇ ਪਿੱਛੋਂ ਪਾਣੀ ਜਿਹੜਾ ਹੈਗਾ ਉਹ ਰਿਸਿਡ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਪਣਾ ਮੈਨੂੰ ਉਮੀਦ ਹੈ ਕਿ ਅਗਲੇ 12 ਘੰਟਿਆਂ ਦੇ ਵਿੱਚ ਇੱਥੇ ਵੀ ਪਾਣੀ ਜਿਹੜਾ ਹੈਗਾ ਉਹ ਰਿਸਿਡ ਹੋਣਾ ਸ਼ੁਰੂ ਹੋ ਜਾਊਗਾ ਘਬਰਾਉਣ ਦੀ ਕੋਈ ਗੱਲ ਨਹੀਂ ਆਪਾਂ ਜਿਹੜਾ ਬੰਨੂ ਚੌੜਾ ਕੀਤਾ ਹੈਗਾ ਜਿਹੜੇ ਸਫਾਈ ਦੇ ਕੰਮ ਕੀਤੇ ਹੈਗੇ ਉਹ ਪੂਰੇ ਚੰਗੀ ਤਰ੍ਹਾਂ ਹੋਏ ਆ ਤੇ ਮੈਨੂੰ ਪੂਰੀ ਆਸ ਹੈ ਕਿ ਐਤਕੇ ਅਸੀਂ ਜਿਹੜੀ ਹੈਗੀ ਇਸ ਤਰ੍ਹਾਂ ਦੀ ਵਿਪਤਾ ਜਿਹੜੀ ਹੈਗੀ ਨਹੀਂ ਆਏਗੀ ਸਰ 2 ਦਿਨ ਹੋਰ ਚੰਡੀਗੜ੍ਹ ਤੇ ਜਾਂ ਨੇੜੇ ਨੇੜੇ ਇਲਾਕੇ ਨੇ ਉੱਥੇ ਮੀਂਹ ਪੈਣ ਦੀ ਉਮੀਦ ਹੈ 17 ਤਰੀਕ ਤੱਕ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਪਾਣੀ ਤਾਂ ਉਹ ਵੀ ਲੱਗਪਾ ਕਿਧਰ ਹੀ ਆਉਣਾ ਫਿਰ ਜੀ ਬਿਲਕੁਲ ਉਹ ਪਾਣੀ ਬਿਲਕੁਲ ਇੱਥੇ ਆਏਗਾ ਪਰ ਜਿਹੜਾ ਪਿਛਲੇ ਸਾਨੂੰ 24 ਤੋਂ 36 ਘੰਟੇ ਦਾ ਗੈਪ ਮਿਲਿਆ ਹੈਗਾ ਜਿੱਥੇ ਪਿਛੇ ਮੀਂਹ ਨਹੀਂ ਪਿਆ ਤੇ ਕਾਫੀ ਪਾਣੀ ਜਿਹੜਾ ਲੰਗਵੀ ਜਾਏਗਾ ਤੇ ਨਾਲ ਹੀ ਜਿੰਨਾ ਮੀਂਹ ਉੱਥੇ ਪੈਂਦਾ ਜੇਕਰ ਮੰਨ ਲਓ 48 ਘੰਟੇ ਲਗਾਤਾਰ ਰਜ ਕੇ ਮੀਂਹ ਪਊਗਾ ਤਾਹੀਂ ਸਾਨੂੰ ਥੋੜਾ ਜਿਹਾ ਉਹਦਾ ਇਫੈਕਟ ਜ਼ਿਆਦਾ ਦੇਖਣ ਨੂੰ ਮਿਲੇਗਾ ਅਦਰਵਾਈਜ਼ ਜਿਹੜਾ ਹੈਗਾ ਪੰਨ ਰਿਸਿਵ ਕਰਨਾ ਸ਼ੁਰੂ ਕਰ ਜਾਊਗਾ ਵੀ ਵਿਲ ਬੀਨ ਸੇਫ ਲਿਮਿਟਸ ਸਰ ਮੌਕੇ ਮੌਕੇ ਦੇ ਉੱਪਰ ਤੁਸੀਂ ਆ ਕੇ ਜਾਇਜ਼ਾ ਲੈਨੇ ਹੋ ਤਾਂ ਕੰਮ ਕਿਵੇਂ ਦਾ ਦੇਖਦੇ ਹੋ ਵੀ ਜਿਹੜੇ ਅਧਿਕਾਰੀ ਹੈਗੇ ਨੇ ਕੰਮ ਕਿਸ ਤਰੀਕੇ ਨਾਲ ਹੁੰਦਾ ਦੇਖਿਆ ਤੁਸੀਂ ਹੁਣ ਤੱਕ ਸਾਡੇ ਸਾਰੇ ਅਧਿਕਾਰੀ ਸਹਿਬਾਨਾਂ ਨੇ ਡੀਐਸਪ ਖੜੇ ਆ ਐਸਡੀਐਮ ਸਾਹਿਬ ਖੜੇ ਆ ਡੇਣੇ ਵਿਭਾਗ ਦੇ ਐਸਈ ਐਕਸ਼ਨ ਸਾਰੇ ਖੜੇ ਆ ਬਹੁਤ ਹੀ ਤਸੱਲੀ ਦੇ ਨਾਲ ਕੰਮ ਕੀਤਾ ਆਰੇ ਪਹਿਲੀ ਵਾਰੀ ਹੋਇਆ ਹੈ ਕਿ ਘੱਗਰ ਦੇ ਉੱਤੇ ਇੰਨੀ ਬਰੀਕੀ ਦੇ ਨਾਲ ਕੰਮ ਕੀਤਾ ਗਿਆ। ਪਿਛਲੇ ਸਾਲ ਜਿਵੇਂ ਆਪਾਂ ਦੇਖਦੇ ਸੀ ਕਿ ਇਹ ਦਿਨਾਂ ਦੇ ਵਿੱਚ ਪੂਰੇ 15-20 ਪਿੰਟ ਡੁੱਬੇ ਹੋਏ ਸੀ। 750 48 ਦੇ ਲਗਭਗ ਜਾ ਕੇ ਜਿਹੜਾ ਘੱਗਰ ਟੁੱਟਿਆ ਸੀ ਤਾਂ ਹੁਣ ਬੰਨ ਕਿੰਨੇ ਕੁ ਮਜ਼ਬੂਤ ਨੇ ਲੱਗਦਾ ਹਾਲਾਤ ਪਿਛਲੇ ਵਾਰ ਵਰਗੇ ਨਹੀਂ ਹੋਣਗੇ ਹੁਣ। ਪਿਛਲੇ ਵਾਰ ਹੀ 750 ਫੁੱਟ ਤੇ ਟੁੱਟਿਆ ਸੀ। ਉਸ ਸਮੇਂ ਵੀ ਕੰਮ ਵਧੀਆ ਹੋਇਆ ਸੀ ਪਰ ਪਿਛਲੀ ਵਾਰ ਜੋ ਪਾਣੀ ਆਇਆ ਪਿਛਲੇ 30 ਸਾਲਾਂ ਚੋਂ ਨਾ ਪਾਣੀ ਨਹੀਂ ਆਇਆ ਸੀ। ਉੱਤੇ 754-55 ਫਿਰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ-ਕਿੱਥੇ ਪਹੁੰਚ ਗਿਆ। ਸੋ ਉਸ ਸਮੇਂ ਤੇ ਇਸ ਸਮੇ ਬਹੁਤ ਠੀਕ ਕੰਮ ਹੋਏ ਨੇ ਹਰ ਜਗ੍ਹਾ ਤੇ ਅਸੀਂ ਸੇਫ ਆ ਤੇ ਬਾਕੀ ਜਿਵੇਂ ਮੈਂ ਅਕਸਰ ਕਹਿੰਨਾ ਇਹ ਸਾਨੂੰ ਜਿਹੜੀ ਪਿਛਲੀ ਮਾਰ ਪੈਂਦੀ ਹੈ ਬਰਸਾਤ ਹਿਮਾਚਲ ਚ ਹੁੰਦੀ ਹੈ ਭਾਵੇਂ ਹਰਿਆਣੇ ਦੇ ਵਿੱਚ ਹੁੰਦੀ ਹੈ ਹੁਣ ਜਿੰਨਾ ਪਾਣੀ ਆਇਆ ਸਾਡੇ ਤੇ ਬਰਸਾਤ ਹੀ ਕੋਈ ਨਹੀਂ ਹੋਈ ਟਾਂਗਰੀ ਹੈ ਮਾਰਕੰਡਾ ਹੈ ਸਰਾਲਾ ਹੈ ਇਹ ਸਾਰਾ ਜਿੰਨਾ ਹਰਿਆਣੇ ਦਾ ਪਾਣੀ ਹੈ ਇਹ ਸਾਡੇ ਆ ਕੇ ਸਰਤੇ ਪੈਂਦਾ ਤੇ ਹਰਿਆਣਾ ਸਰਕਾਰ ਨੂੰ ਚਾਹੀਦਾ ਅਸੀਂ ਪਹਿਲਾਂ ਚੈਨਲ ਜੀ ਕੀਤਾ ਹੋਇਆ ਖਨੋਰੀ ਤੋਂ ਲੈ ਕੇ ਮਕਰੋਟ ਸਾਹਿਬ ਤੱਕ ਮਕਰੋੜ ਸਾਬ ਤੋਂ ਕੜੈਲ ਤੱਕ ਅਸੀਂ ਜਦੋਂ ਹਰਿਆਣਾ ਸਰਕਾਰ ਦਾ ਬਿਹੇਵੀਅਰ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਕੋਈ ਕੋਆਪਰੇਟ ਨਹੀਂ ਕਰ ਰਿਹਾ ਤਾਂ ਅਸੀਂ ਆਪਣੇ ਬੰਨ ਕਰੀਬ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਘੱਗਰ ਦੇ ਦੋਹੇ ਪਾਸੇ 16 ਫੁੱਟ ਚੌੜੇ ਉਹ ਬੰਨ ਕੀਤੇ ਨੇ ਬੜੇ ਮਜ਼ਬੂਤ ਕੀਤੇ ਲੋਕ ਹੁਣ ਬੇਫਿਕਰ ਰਹਿਣ ਫਿਰ ਲੋਕ ਖੁਦ ਇਸ ਗੱਲ ਦੇ ਗਵਾਹ ਨੇ ਲੋਕਾਂ ਨੂੰ ਅਸੀਂ ਖੁਦ ਕਿਹਾ ਸੀ ਜਿੱਦੇ ਸੀਐਮ ਸਾਹਿਬ ਨੇ ਸ਼ੁਰੂਆਤ ਕਰਾਈ ਹੈ ਮਕਰੋੜ ਸਾਹਿਬ ਤੋਂ ਕਿ ਲੋਕਾਂ ਨੂੰ ਖੁਦ ਕਹਿਆ ਸੀ ਕੱਲ ਨੂੰ ਤੁਸੀਂ ਕਹੋਗੇ ਸਾਡੇ ਅਧਿਕਾਰੀਆਂ ਨੇ ਕੰਮ ਨਹੀਂ ਕੀਤਾ ਸਾਡੇ ਠੇਕੇਦਾਰ ਨੇ ਕੰਮ ਨਹੀਂ ਕੀਤਾ ਤਾਂ ਲੋਕਾਂ ਨੇ ਖੜੇ ਹੋ ਕੇ ਲਵੇ ਕੰਮ ਕਰਾਇਆ ਤੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੇ ਸਾਨੂੰ ਪੂਰਨ ਉਮੀਦ ਹੈ ਕਿ ਇਹ ਜਿਹੜਾ ਘੱਗਰ ਦੀ ਆਕਤੀ ਕੋਈ ਮਾਰ ਨਹੀਂ ਹੋਏਗੀ ਸਾਡੇ ਸਾਰੇ ਅਧਿਕਾਰੀਆਂ ਕਨ ਪੂਰੀ ਤਰ੍ਹਾਂ ਚੌਕਸ ਨੇ ਕੱਲ ਦੇ ਇੱਥੇ ਬੈਠੇ ਆ ਤੇ ਸਾਰੇ ਲੋਕ ਸਾਡੇ ਨਾਲ ਖੜੇ ਆ ਤਾਂ ਬਿਲਕੁਲ ਮੌਜੂਦਾ ਵਿਧਾਇਕ ਬਰਿੰਦਰ ਕੁਮਾਰ ਗੋਇਲ ਤੇ ਸਾਰਾ ਪ੍ਰਸ਼ਾਸਨਿਕ ਕੰਮਲਾ ਜਿਹੜਾ ਹੈਗਾ ਇਸ ਵਕਤ ਖਨੌਰੀ ਜਿਹੜਾ ਹੈਗਾ ਪੁਲ ਦੇ ਉੱਪਰ ਜਾਇਜਾ ਲੈਣ ਆਏ ਹੋਏ ਨੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਈਏ ਕਿ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਉੱਥੇ ਤੱਕ ਜਿਹੜਾ ਘੱਗਰ ਦਾ ਪਾਣੀ ਆ ਉਫਾਨ ਦੇ ਉੱਪਰ ਹੈਗਾ 743 ਦੇ ਉੱਪਰ ਜਿਹੜਾ ਹੈਗਾ ਘੱਗਰ ਦਾ ਪਾਣੀ ਪਹੁੰਚ ਚੁੱਕਿਆ ਤੇ 747 ਜਿਹੜਾ ਹੈਗਾ ਖਤਰੇ ਦਾ ਨਿਸ਼ਾਨ ਆ ਤਾਂ 2-3 ਦਿਨ ਹੋਰ ਬਰਸਾਤਾਂ ਹੋਣੀਆਂ ਨੇ 17 ਤਰੀਕ ਤੱਕ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਨਜ਼ਦੀਕੀ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤਾਂ ਹੋਣੀਆਂ ਨੇ ਤੇ ਉਹੀ ਬਰਸਾਤਾਂ ਦਾ ਪਾਣੀ ਇਸ ਘੱਗਰ ਦੇ ਵਿੱਚ ਆ ਕੇ ਇੱਥੇ ਦੇ ਲੋਕਾਂ ਦੇ ਉੱਪਰ ਮਾਰ ਕਰਦਾ ਦੇਖਣਾ ਹੋਊਗਾ ਕਿ ਇਸ ਵਾਰ ਕਿਦਾਂ ਦੇ ਹਾਲਾਤ ਬਣਨਗੇ ਜਿਵੇਂ ਕਿ ਪ੍ਰਸ਼ਾਸਨ ਕਹਿ ਰਿਹਾ ਸਰਕਾਰ ਕਹਿ ਰਹੀ ਹੈ ਕਿ ਸਾਡੇ ਵੱਲੋਂ ਹਰ ਇੱਕ ਤਰ੍ਹਾਂ ਮਜ਼ਬੂਤੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤਾਂ ਦੇਖਦੇ ਹਾਂ ਕਿ ਲੋਕਾਂ ਨੂੰ ਜਿਹੜਾ ਇਸ ਵਾਰ ਸੁਖਾਵਾਂ ਸਾਹ ਮਿਲਦਾ ਜਾਂ ਇਸ ਵਾਰ ਵੀ ਘੱਗਰ ਦੇ ਵੱਲੋਂ ਕੋਈ ਨਾ ਕੋਈ ਜਿਹੜਾ ਹੈਗਾ ਕਹਿਰ ਇਸ ਇਲਾਕੇ 'ਚ ਬਰਸਾਇਆ ਜਾਊਗਾ ਚਰਨਜੀਤ ਕੌਸ਼ਲ ਖਨੌਰੀ ਤੋਂ ਨਿਊਜ਼ ਦੇਟਿੰਗ ਪੰਜਾਬ